ਭਾਗ 12। ਮੈਂ ਗਾਹੇ ਬਗਾਹੇ ਆਪਣੇ ਪ੍ਰੋਗਰਾਮ ਬਾਰੇ ਡਾਕਟਰ ਨਜ਼ੀਰ ਅਹਿਮਦ ਨੂੰ ਲਾਹੌਰ ਇਤਲਾਹ ਦਿੰਦਾ ਰਹਿੰਦਾ ਸਾਂ। ਉਹਨਾਂ ਨੂੰ ਪਤਾ ਸੀ ਮੈਂ ਕਦੋਂ ਪਿੰਡੀ ਪਹੁੰਚਣਾ ਹੈ। ਉਸ ਅਨੁਸਾਰ ਉਹਨਾਂ ਆਪਣੇ ਇੱਕ ਪਰਿਚਿਤ ਸੱਜਣ ਨੂੰ ਦਰਖਾਸਤ ਕੀਤੀ ਕਿ ਮੈਨੂੰ ਸਟੇਸ਼ਨ ਉੱਤੇ ਲੈਣ ਆਉਣ। ਇਹ ਸੱਜਣ ਸਟੇਸ਼ਨ 'ਤੇ ਆਏ ਜ਼ਰੂਰ, ਪਰ ਦਿਸ ਰਿਹਾ ਸੀ ਕਿ ਬਹੁਤੇ ਖੁਸ਼ ਨਹੀਂ ਹਨ। ਪਰ ਫਿਰ ਵੀ ਮੇਰੇ ਲਈ ਉਹਨਾਂ ਦਾ ਆਉਣਾ ਗਨੀਮਤ ਸੀ। ਪ੍ਰਦੇਸ਼ ਵਿੱਚ ਪਹਿਲਾ ਸਵਾਲ ਰਿਹਾਇਸ਼ ਦਾ ਹੁੰਦਾ ਹੈ ਅਤੇ ਕਿਸੇ ਜਾਣੂ ਦੀ ਮਦਦ ਨਾਲ ਸੌਖਾ ਹੱਲ ਹੋ ਜਾਂਦਾ ਹੈ। ਪਲੇਟਫਾਰਮ 'ਤੇ ਡਿਉੜੀ ਵਿਚਾਲੇ ਉੱਚੇ ਦਰਜੇ ਦੇ ਮੁਸਾਫਰਾਂ ਲਈ ਬਣਿਆ ਹੋਇਆ ਸਲਾਮੀ ਦਾ ਲਾਂਘਾ ਪਿੰਡੀ ਸਟੇਸ਼ਨ ਦੀ ਖਾਸ ਨਿਸ਼ਾਨੀ ਹੈ। ਤਾਲਬਿਲਮੀ ਦੇ ਦਿਨਾਂ ਵਿੱਚ ਸੈਕਿੰਡ ਕਲਾਸ ਦਾ ਟਿਕਟ ਜੇਬ ਵਿੱਚ ਹੋਏ ਤਾਂ ਇਸ ਵਿੱਚੋਂ ਬੜੀ ਸ਼ਾਨ ਵਿਖਾ ਕੇ ਗੁਜ਼ਰੀਦਾ ਸੀ। ਇਸ ਦੀਆਂ ਪੱਥਰ ਦੀਆਂ ਤਰੇੜਾਂ ਉੱਪਰ ਮੈਂ ਹੌਲੇ ਹੌਲੇ ਪੈਰ ਧਰੇ ਤਾਂ ਜੋ ਉਹਨਾਂ ਨੂੰ ਜ਼ਰਬ ਨਾ ਲੱਗੇ। ਬਾਹਰ ਇੱਕ ਨਿੱਕੀ ਜਿਹੀ ਟੈਕਸੀ ਵਿੱਚ ਸਮਾਨ ਰਖਵਾਇਆ ਅਤੇ ਦੋਵੇਂ ਜਣੇ ਬਹਿ ਗਏ। ਉਹਨਾਂ ਰਸਮੀ ਜਿਹੇ ਖਲੂਸ ਨਾਲ ਕਿਹਾ, ਆਪ ਫਲੈਸ਼ਮੈਨ ਹੋਟਲ ਮੇਂ ਠਹਿਰਨਾ ਪਸੰਦ ਫਰਮਾਏਂਗੇ? ਮੈਨੇ ਦੁਪਹਿਰ ਕੋ ਫੋਨ ਪਰ ਉਨਸੇ ਬਾਤ ਕੀ ਥੀ, ਉਸ ਵਕਤ ਕੋਈ ਕਮਰਾ ਖਾਲੀ ਨਹੀਂ ਥਾ, ਲੇਕਿਨ ਮੇਰੇ ਖਿਆਲ ਮੈਂ ਅਬ ਫਿਰ ਚੱਲ ਕਰ ਪੁੱਛ ਲੇਤੇ ਹੈ। ਮੈਂ ਹਾਂ ਤਾਂ ਕਰ ਦਿੱਤੀ, ਪਰ ਅੰਦਰੋਂ ਮੇਰਾ ਉੱਥੇ ਠਹਿਰਨ 'ਤੇ ਉੱਕਾ ਮਨ ਨਹੀਂ ਸੀ। ਇੱਕ ਤਾਂ ਮੇਰੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ ਸੀ, ਦੂਜੇ ਮੇਰੇ ਵੇਲੇ ਜਦੋਂ ਸਦਰ ਕੇਵਲ ਹਵਾਖੋਰੀ ਲਈ ਜਾਈਦਾ ਸੀ, ਉਸ ਹੋਟਲ ਪਿੱਛੇ ਬੜੇ ਸਹਿਮ ਪਾਊ ਕਿਸੇ ਦੇ ਅੰਗਰੇਜ਼ ਅਫਸਰ ਰਿਹਾ ਕਰਦੇ ਸਨ। ਤੀਜੇ ਪਿਛਲੇ 5-7 ਦਿਨ ਮੈਂ ਗਲੀਆਂ ਮੁਹੱਲਿਆਂ ਅਤੇ ਸਰਾਵਾਂ ਵਿੱਚ ਠਹਿਰਦਾ ਆਇਆ ਸਾਂ। ਸਧਾਰਨ ਲੋਕਾਂ ਨਾਲ ਮਿਲਣ ਗਿਲਣ ਅਤੇ ਆਜ਼ਾਦ ਵਿਚਰਨ ਦਾ ਅਪੂਰਵ ਮੌਕਾ ਮਿਲਿਆ ਸੀ, ਜੋ ਫਿਲਮ ਐਕਟਰ ਹੋਣ ਦੇ ਸਦਕੇ ਹਿੰਦੁਸਤਾਨ ਵਿੱਚ ਮੈਨੂੰ ਨਸੀਬ ਨਹੀਂ ਸੀ। ਜਿਚਰ ਤੀਕ ਹੋ ਸਕੇ ਮੈਂ ਵਡਿਆਈ ਦੀ ਕੈਦ ਤੋਂ ਮੁਕਤ ਹੋ ਕੇ ਰਹਿਣਾ ਚਾਹੁੰਦਾ ਸਾਂ, ਪਰ ਉਹਨਾਂ ਦੇ ਠੰਡੇ ਠੰਡੇ ਸਲੂਕ ਕਾਰਨ ਮੈਂ ਖੁੱਲ੍ਹ ਕੇ ਗੱਲ ਕਰਨ ਜੋਗਾ ਨਹੀਂ ਸਾਂ। ਅਚਾਨਕ ਟੈਕਸੀ ਡਰਾਈਵਰ ਨੇ ਪਿੱਛੇ ਮੂੰਹ ਫੇਰ ਕੇ ਕਿਹਾ, ਜੀ ਮਾਫ਼ ਕਰਨਾ, ਤੁਸੀਂ ਬਲਰਾਜ ਸਾਹਨੀ ਤਾਂ ਨਹੀਂ ਹੋ? ਮੈਂ ਸੋਚਿਆ ਕਿਸੇ ਅਖ਼ਬਾਰ ਵਿੱਚ ਉਸਨੇ ਮੇਰਾ ਜ਼ਿਕਰ ਪੜਿਆ ਹੋਣਾ। ਰੋਜ਼ ਹੀ ਤਾਂ ਉਹ ਬੜੇ ਨਿੱਘ ਨਾਲ ਮੇਰੇ ਬਾਰੇ ਕੁਝ ਨਾ ਕੁਝ ਛਾਪਦੀਆਂ ਰਹਿੰਦੀਆਂ ਸਨ, ਜਾਂ ਹੋ ਸਕਦਾ ਹੈ ਉਹਨੇ ਮੇਰੀ ਕੋਈ ਫਿਲਮ ਵੇਖੀ ਹੋਵੇ, ਪਰ ਗੱਲ ਕੁਝ ਹੋਰ ਨਿਕਲੀ। ਹਾਂ ਭਾਈ, ਹੈ ਤਾਂ ਉਹੀ ਹੈ, ਮੈਂ ਕਿਹਾ, ਅਤੇ ਮੈਂ ਖੁਰਸ਼ੀਦ ਹਾਂ ਜੇ ਨਾ? ਮਹਾ ਨਹੀਂ ਸਿਆਤਾ ਨੇ। ਮੇਰੇ ਬਦਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਨੇਰੇ ਵਿੱਚ ਮੈਂ ਉਹਦੇ ਚਿਹਰੇ ਨੂੰ ਪਛਾਣਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕਿਆ। ਪਰ ਆਪ ਮਹਾਰੇ ਮੂੰਹੋਂ ਨਿਕਲ ਗਿਆ, ਕਿਹੜਾ ਖੁਰਸ਼ੀਦ, ਕਿਧਰੇ ਤੂੰ ਗਣੀ ਦਾ ਭਰਾ ਤਾਂ ਨਹੀਂ ਹੈ? ਉਹ ਨਹੀਂ ਹੈ ਅਤੇ ਹੋਰ ਕੌਣ ਹੈ? ਖੁਦਾ ਦੀ ਕਸਮੇ ਡਾਢਾ ਪਕੜਿਆ ਨੇ, ਉਹ ਜ਼ੋਰਦਾਰ ਹੱਸਿਆ। ਫਲੈਸ਼ਮੈਨ ਹੋਟਲ ਚੱਲੀਏ, ਮੇਰੇ ਸਾਥੀ ਨੇ ਉਹਨੂੰ ਉਰਦੂ ਵਿੱਚ ਆਪਣੇ ਫਰਜ਼ ਤੋਂ ਅਗਾਂਹ ਕੀਤਾ। ਖੁਰਸ਼ੀਦ ਨੇ ਗੱਡੀ ਟੋਰ ਦਿੱਤੀ, ਪਰ ਗੱਲਾਂ ਦਾ ਸਿਲਸਿਲਾ ਬੰਦ ਨਾ ਕੀਤਾ। ਚਲੋ ਨਾ, ਕਰ ਲੈ ਜੁਲਾ ਨੇ, ਹੋਟਲ ਵਿੱਚ ਠਹਿਰ ਸੋ ਤਾਂ ਸਾਡੇ ਵਾਸਤੇ ਬੜੇ ਸ਼ਰਮ ਦੀ ਗੱਲ ਹੋ ਜਾ ਸੀ। ਤੂੰ ਗਮ ਨਾ ਕਰ, ਕੱਲ੍ਹ ਸਵੇਰੇ ਮੈਂ ਸ਼ਾਸ਼ੀ ਮਹੱਲੇ ਆਸਾਂ ਨਾ, ਫਿਰ ਗੱਲ ਕਰ ਸਾਂ, ਅਜੇ ਇੱਥੇ ਹੀ 4-5 ਦਿਹਾੜੇ। ਕਸਮੇ ਰੱਬ ਦੀ, ਸੱਚ ਪਿਆ ਆਖਣਾ ਨੇ, ਜੇ ਕਿਸੇ ਆਹ ਪਤਾ ਲੱਗ ਗਿਆ ਤਾਂ ਤੁਸਾਂ ਕੀ ਹੋਟਲ ਛੋੜ ਆਇਆ ਤਾਂ ਮਾਰ ਮਾਰ ਕੇ ਮਹਾ ਲੰਮਿਆਂ ਪਾ ਛੋੜ ਸੀ ਨੇ। ਮੈਂ ਜੇ ਜ਼ਿੰਮੇਦਾਰ ਹਾਂ। ਮੇਰੇ ਭਾਗਾਂ ਨੂੰ ਫਲੈਸ਼ਮੇਲ ਹੋਟਲ ਦੇ ਕਾਊਂਟਰ ਪਿੱਛੇ ਖੜ੍ਹੇ ਕਲਰਕ ਨੇ ਫਿਰ ਠੁੱਠ ਵਿਖਾ ਦਿੱਤਾ, ਪਰ ਗੱਲਬਾਤ ਦੇ ਦੌਰਾਨ ਉਹਦੀ ਨਜ਼ਰ ਮੇਰੇ ਚਿਹਰੇ ਉੱਪਰ ਖੁੱਭਣ ਲੱਗ ਪਈ। ਇਸ ਖਤਰੇ ਦੀ ਨਿਸ਼ਾਨੀ ਤੋਂ ਮੈਂ ਖੂਬ ਵਾਕਫ ਸਾਂ। ਪੇਸ਼ਤਾ ਇਸ ਦੇ ਕਿ ਉਹ ਆਪਣੀ ਨਾਂ ਨੂੰ ਵਾਪਸ ਲੈਣ ਦਾ ਵਿਚਾਰ ਕਰ ਲਏ, ਮੈਂ ਆਪਣੇ ਸਾਥੀ ਦੀ ਬਾਂਹ ਫੜ ਕੇ ਬਾਹਰ ਵੱਲ ਤੁਰ ਪਿਆ। ਦੂਜੇ ਨੰਬਰ ਦਾ ਹੋਟਲ ਸੀ ਮੈਟਰੋਪੋਲ। ਇਸ ਵਿੱਚ ਇੱਕ ਗੁਜ਼ਾਰੇ ਲਾਇਕ ਚੰਗਾ ਕਮਰਾ ਮਿਲ ਗਿਆ। ਮੇਰੇ ਮਿਹਰਬਾਨ ਸਵੇਰੇ 9 ਵਜੇ ਫੇਰ ਆਉਣ
ਅਤੇ ਮੈਨੂੰ ਸਿਕਿਉਰਿਟੀ ਆਫਿਸਰ ਲੈ ਚੱਲਣ ਦਾ ਵਿਸ਼ਵਾਸ ਦਵਾ ਕੇ ਰੁਖਸਤ ਹੋ ਗਏ। ਪਰ ਉਹਨਾਂ ਦੇ ਚਿਹਰੇ ਤੋਂ ਮੈਨੂੰ ਸ਼ੱਕ ਪੈ ਰਿਹਾ ਸੀ ਕਿ ਸ਼ਾਇਦ ਨਾ ਹੀ ਆਉਣ, ਪਰ ਖੁਰਸ਼ੀਦ ਦੇ ਆਉਣ ਦਾ ਮੈਨੂੰ ਪੂਰਾ ਯਕੀਨ ਸੀ ਅਤੇ ਹੋਰ ਮੈਨੂੰ ਚਾਹੀਦਾ ਵੀ ਕੀ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਹੋਟਲ ਦੇ ਵਸੀ ਖਾਤੇ ਵਿੱਚ ਚੀਰਾਂ ਦੇ ਉੱਚੇ ਉੱਚੇ ਦਰੱਖਤਾਂ ਹੇਠ ਠੰਡੀ ਠੰਡੀ ਘਾਹ ਉੱਪਰ ਬੜਾ ਚਿਰ ਟਹਿਲਦਾ ਰਿਹਾ। ਸਰ ਸਰ ਕਰਦੀ ਵਾਹ ਕਦੇ ਮੈਨੂੰ ਐਬਟਾਬਾਦ ਅਤੇ ਕਦੇ ਕੋਹਮਰੀ ਦੇ ਕਿੱਸੇ ਸੁਣਾਉਣ ਲੱਗ ਪੈਂਦੀ ਅਤੇ ਮੈਂ ਹੌਕਾ ਭਰ ਕੇ ਆਖਿਆ, ਹਾਏ ਨਹੀਂ ਪਿੰਡੀਏ, ਇਤਨੀ ਸੋਹਣੀ ਨਾ ਹੁੰਦੀਓ ਤਾਂ ਤੈਨੂੰ ਪਲਾਣਾ ਸ਼ਾਇਦ ਆਸਾਨ ਹੁੰਦਾ। ਰਾਤੀ ਭੈੜੇ ਭੈੜੇ ਸੁਪਨੇ ਆਉਂਦੇ ਰਹੇ। ਇੱਕ ਤਾਂ ਬਹੁਤ ਹੀ ਭਿਆਨਕ ਸੀ ਇਹ ਕਿ ਮੈਂ ਹੋਟਲ ਵਿੱਚ ਨਹੀਂ ਆਪਣੇ ਸ਼ਾਸ਼ੀ ਮਹੱਲੇ ਵਾਲੇ ਘਰ ਠਹਿਰਿਆ ਹਾਂ। ਮੇਰੇ ਗੁਆਂਢੀ ਪਰਮ ਮਿੱਤਰ ਬੋਸਤਾਨ ਨੇ ਸਾਡੇ ਪਰਿਵਾਰ ਦੇ ਕਦੇ ਨਾ ਕਦੇ ਮੁੜ ਆਉਣ ਦੀ ਉਡੀਕ ਵਿੱਚ ਕਿਸੇ ਮਹਾਜ਼ਰ ਨੂੰ ਉਸ ਵਿੱਚ ਵਸਣ ਨਹੀਂ ਸੀ ਦਿੱਤਾ। ਉਹਨੇ ਸਾਡੇ ਘਰ ਦਾ ਸਾਰਾ ਸਮਾਨ ਜੋ ਇੱਕ ਜ਼ਮੀਨ ਦੋਜ਼ ਗੋਦਾਮ ਵਿੱਚ ਸੁਰੱਖਿਅਤ ਸੀ ਮੁੜ ਉਸੇ ਦਾ ਉਸੇ ਤਰ੍ਹਾਂ ਵਾਪਸ ਰਖਵਾ ਦਿੱਤਾ। ਮੇਰੀ ਖੁਸ਼ੀ ਦਾ ਕੋਈ ਪਾਰ ਉਤਾਰ ਨਹੀਂ ਸੀ। ਬੜੇ ਚਾਅ ਨਾਲ ਮੈਂ ਆਪਣੇ ਕਿਤਾਬਾਂ ਵਾਲੇ ਕਮਰੇ ਨੂੰ ਨਵੇਂ ਸਿਰੋਂ ਸੰਜੋਇਆ, ਪੜ੍ਹਨ ਵਾਲੀਆਂ ਕਿਤਾਬਾਂ ਦੀ ਲਿਸਟ ਬਣਾਈ, ਲਿਖਣ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਅਤੇ ਅੱਗੋਂ ਲਈ ਫੈਸਲਾ ਕਰ ਲਿਆ ਕਿ ਸਾਲ ਵਿੱਚ ਘੱਟ ਤੋਂ ਘੱਟ 6 ਮਹੀਨੇ ਇੱਥੇ ਗੁਜ਼ਾਰਿਆ ਕਰਾਂਗਾ। ਫਿਰ ਮੇਰੀ ਇੱਕ ਅਜਿਹੇ ਦੋਸਤ ਨਾਲ ਮੁਲਾਕਾਤ ਹੋਈ ਜਿਸ ਨੂੰ ਮੈਂ ਉੱਕਾ ਹੀ ਭੁੱਲ ਚੁੱਕਾ ਸਾਂ। ਗੋਰਾ ਰੂੰ ਅਤੇ ਅੱਤ ਕੂਲਾ ਪਿੰਡਾ ਹੁੰਦਾ ਸੀ ਉਸਦਾ। ਸਕੂਲ ਵਿੱਚ ਮਾਸਟਰ ਉਸ ਨੂੰ ਚਪੇੜਣ ਮਾਰਨ ਤੋਂ ਸੰਗਦੇ ਸਨ ਕਿਉਂ ਜੋ ਉਂਗਲਾਂ ਦੇ ਨਿਸ਼ਾਨ ਸਾਰਾ ਦਿਨ ਉਸ ਦੀਆਂ ਗੱਲਾਂ ਤੋਂ ਨਹੀਂ ਸਨ ਹਟਦੇ। ਉਹਨੇ ਮੈਨੂੰ ਆਪਣੇ ਘਰ ਰੋਟੀ ਖਾਣ ਦੀ ਦਾਵਤ ਦਿੱਤੀ ਜਿਹਨੂੰ ਮੈਂ ਖੁਸ਼ੀ ਖੁਸ਼ੀ ਕਬੂਲ ਕੀਤਾ। ਬੜੀ ਸ਼ਾਨਦਾਰ ਦਾਵਤ ਖਵਾਈ ਉਸਨੇ, ਪਰ ਅੰਤ ਭਰੀ ਮਹਿਫਿਲ ਵਿੱਚ ਛੁਰਾ ਕੱਢ ਲਿਆ ਅਤੇ ਕਹਿੰਦੇ ਹੋਏ ਕਿ ਉਹ ਵੀ ਮੇਰਾ ਫਰਜ਼ ਸੀ ਅਤੇ ਇਹ ਵੀ ਮੇਰਾ ਫਰਜ਼ ਹੈ, ਮੇਰੀ ਛਾਤੀ ਵਿੱਚ ਘੋਪ ਦਿੱਤਾ। ਬੋਸਤਾਨ, ਬਖਸ਼ਾ, ਮੁਰਤਜ਼ਾ ਖਾਨਾ ਅਤੇ ਹੋਰ ਕਿਤਨੇ ਦੋਸਤ ਉੱਥੇ ਮੌਜੂਦ ਸਨ, ਪਰ ਕਿਸੇ ਨੇ ਉਹਦਾ ਹੱਥ ਨਹੀਂ ਰੋਕਿਆ। ਇਸ ਮੂਰਖਤਾ ਭਰੇ ਸੁਪਨੇ ਕਾਰਨ ਦਿਲ ਨੂੰ ਅਜ਼ੁਰਦਾ ਹੋਣ ਦੀ ਥਾਂ ਪ੍ਰਸੰਨਤਾ ਜੀ ਮਹਿਸੂਸ ਹੋਈ ਕਿ ਇੱਕ ਭੁੱਲੇ ਵਿਸਰੇ ਮਿੱਤਰ ਦੀ ਯਾਦ ਇਤਨੇ ਲੰਮੇ ਅਰਸੇ ਬਾਅਦ ਅਚਾਨਕ ਤਾਜ਼ਾ ਹੋ ਗਈ। ਕੱਚੀ ਪਹਿਲੀ ਤੋਂ 12ਵੀਂ ਤੱਕ ਅਸੀਂ ਇਕੱਠੇ ਇੱਕੋ ਜਮਾਤ ਵਿੱਚ ਪੜ੍ਹੇ ਸਾਂ। ਮੇਰੀ ਮਾਂ ਮੇਰੇ ਸਾਰੇ ਮਿੱਤਰਾਂ ਵਿੱਚੋਂ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਸੀ। ਅਸੀਂ ਇਕੱਠੇ ਪੜ੍ਹਦੇ, ਇਕੱਠੇ ਖੇਡਦੇ, ਕਦੇ ਉਹ ਸਾਡੇ ਘਰ ਸੌਂ ਜਾਂਦਾ, ਕਦੇ ਮੈਂ ਉਸਦੇ ਘਰ। ਉਸ ਸੋਲ ਅਤੇ ਮਲੂਕੜੇ ਬੰਦੇ ਦਾ ਸੁਪਨੇ ਵਿੱਚ ਵੀ ਕਿਸੇ ਨੂੰ ਛੁਰਾ ਮਾਰਨਾ ਅਣਹੋਣੀ ਗੱਲ ਸੀ, ਪਰ ਇਸ ਤੋਂ ਵੀ ਅਣਹੋਣੀ ਅਤੇ ਨਾਕਾਬਲੇ ਮਾਫ਼ੀ ਗੱਲ ਸੀ ਮੇਰਾ ਉਸ ਨੂੰ ਇੰਝ ਮੁਕੰਮਲ ਭੁਲਾ ਦੇਣਾ। ਪਿਛਲੇ 20-25 ਸਾਲਾਂ ਤੋਂ ਕਦੇ ਇੱਕ ਵਾਰੀ ਵੀ ਮੈਨੂੰ ਉਸਦਾ ਖਿਆਲ ਨਹੀਂ ਸੀ ਆਇਆ। ਐੱਫ਼ ਏ ਪਾਸ ਕਰਨ ਤੋਂ ਬਾਅਦ ਮੈਂ ਲਾਹੌਰ ਜਾ ਦਾਖਲ ਹੋਇਆ ਅਤੇ ਉਹ ਫੌਜ ਵਿੱਚ ਭਰਤੀ ਹੋ ਕੇ ਕਿਸੇ ਪਰਾਏ ਦੇਸ਼ ਚਲਾ ਗਿਆ। ਹੁਣ ਕਿੱਥੇ ਹੋਵੇਗਾ ਉਹ, ਨਾ ਕੀ ਸੀ ਉਸਦਾ। ਮੈਂ ਬੜਾ ਖਿਜਿਆ ਜਦੋਂ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮੈਨੂੰ ਉਹਦਾ ਨਾਂ ਚੇਤੇ ਨਾ ਆਇਆ। ਕੀ ਐਤਕੀ ਮੈਂ ਉਹਨੂੰ ਮਿਲ ਸਕਾਂਗਾ? ਕਿਤਨੀ ਸੋਹਣੀ ਪੱਗ ਬਣਦਾ ਹੁੰਦਾ ਸੀ, ਬਿਲਕੁਲ ਪੰਡਤਾਂ ਵਾਲੀ, ਕਿਵੇਂ ਢੂੰਡਾਂਗਾ ਉਹਨੂੰ ਜਦਕਿ ਉਸਦਾ ਨਾਂ ਹੀ ਯਾਦ ਨਹੀਂ। ਨੀਂਦਰ ਸਵੇਰੇ ਜਲਦੀ ਖੁੱਲ੍ਹ ਗਈ ਸੀ। ਹਨੇਰੇ ਹਨੇਰੇ ਵਿੱਚ ਖੁੱਲ੍ਹੀ ਹੋਈ ਬਾਰੀ ਵਾਲਾ ਇਹ ਕਮਰਾ ਕੋਹਮਰੀ ਦੀ ਇੱਕ ਕੋਠੀ ਦੀ ਯਾਦ ਦਿਵਾ ਰਿਹਾ ਸੀ। ਠੰਡ ਵੀ ਤਾਂ ਚੰਗੀ ਖਾਸੀ ਸੀ, ਜਿਵੇਂ ਸੱਚਮੁੱਚ ਕਿਸੇ ਹਿੱਲ ਸਟੇਸ਼ਨ ਉੱਤੇ ਆ ਗਿਆ ਹੋਵਾਂ। ਅੱਜ ਤੋਤਿਆਂ ਦੀ ਥਾਂ ਬੁਲਬੁਲਾਂ ਪਈਆਂ ਬੋਲਦੀਆਂ ਸਨ। ਜਦੋਂ ਚੁੱਪ ਹੋਈਆਂ ਤਾਂ ਲਾਲੀਆਂ ਨੇ ਚਿਚਲਾਉਣਾ ਸ਼ੁਰੂ ਕਰ ਦਿੱਤਾ। ਉਜਾਲਾ ਹੋਣ ਵੇਲੇ ਚਿੜੀਆਂ ਦੇ ਸ਼ੋਰ ਦਾ ਹੜ੍ਹ ਜਿਹਾ ਆ ਗਿਆ। ਕੱਲ੍ਹ ਤੀਕਰ ਉੱਤੇ ਲੈਣ ਲਈ ਇੱਕ ਕੰਬਲ ਕਾਫੀ ਸੀ, ਅੱਜ ਉਹਦੇ ਨਾਲ ਤੁੱਸਾ ਵੀ ਜੋੜਨਾ ਪਿਆ ਸੀ। ਜੇ ਡਾਕਟਰ ਨਜ਼ੀਰ ਨੇ ਖਾਸ ਪਿੰਡੀ ਲਈ ਇਨਾਇਤ ਕੀਤਾ
ਅਤੇ ਇੱਕ ਖੇਸ ਵੀ ਰਜਾਈ ਹੁੰਦੀ ਤਾਂ ਹੋਰ ਵੀ ਸਵਾਦ ਆਉਂਦਾ। ਜਨਵਰੀ ਫਰਵਰੀ ਪਿੰਡੀ ਕੋਹਰੇ ਜੰਮ ਜਾਂਦੇ, ਕਿਸੇ ਕਿਸੇ ਸਾਲ ਬਰਫ਼ ਵੀ ਪੈ ਜਾਂਦੀ ਅਤੇ ਸਾਰਾ ਸ਼ਹਿਰ ਜਸ਼ਨ ਮਨਾਉਂਦਾ। ਕਾਸ਼ ਮੈਂ ਉਹ ਮੌਸਮ ਵੀ ਵੇਖ ਸਕਦਾ। ਪਿਤਾ ਜੀ ਸਖ਼ਤੋਂ ਸਖ਼ਤ ਸਰਦੀ ਵਿੱਚ ਵੀ ਸਾਨੂੰ ਸਵੇਰੇ 4 ਵਜੇ ਜਗਾ ਦਿੰਦੇ, ਠੰਡੇ ਪਾਣੀ ਨਾਲ ਨਹਾਉਣਾ ਪੈਂਦਾ, ਹੱਥ ਪੈਰ ਬਰਫ਼ ਹੋ ਜਾਂਦੇ ਅਤੇ ਫਿਰ ਰਜਾਈ ਵਿੱਚ ਵੜ ਕੇ ਅਸੀਂ ਪੜ੍ਹਦੇ 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 ਫਿਰ ਸੌਂ ਜਾਂਦੇ। ਬਿਸਤਰੇ ਦਾ ਨਿੱਘ ਤਿਆਗ ਕੇ ਮੈਂ ਗੁਸਲਖਾਨੇ ਵਿੱਚ ਆ ਵੜਿਆ ਅਤੇ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ, ਲੁਤਫ ਆ ਗਿਆ। ਫਿਰ ਕੱਪੜੇ ਪਾ ਕੇ ਮੈਂ ਮਾਲ ਰੋਡ ਦੀ ਸੈਰ ਨਿਕਲ ਪਿਆ, ਪਰ ਪਹਿਲੇ ਵਕਤਾਂ ਵਾਲੀ ਖੁਸ਼ੀ ਨਸੀਬ ਨਾ ਹੋਈ। ਅਜੇ ਸਿਕਿਉਰਿਟੀ ਆਫਿਸ ਅਤੇ ਪੁਲਿਸ ਸਟੇਸ਼ਨ ਇੰਦਰਾਜ਼ ਨਹੀਂ ਸੀ ਕਰਾਇਆ। ਹੋਰੇ ਮੇਰਾ ਹੋਟਲ ਤੋਂ ਬਾਹਰ ਨਿਕਲਣਾ ਵਾਜਿਬ ਸੀ ਜਾਂ ਨਹੀਂ। ਆਲੇ ਦੁਆਲੇ ਨੂੰ ਓਪਰਿਆਂ ਵਾਂਗ ਵੇਖਣਾ ਮੇਰੇ ਲਈ ਅਨਿਵਾਰਿਆ ਹੋ ਗਿਆ ਸੀ। ਮਲਕਾਂ ਦੇ ਬੁੱਤ ਤਿਕਰ ਗਿਆ, ਦਿਲ ਕੀਤਾ ਹੋਰ ਵੀ ਅੱਗੇ ਜਾਵਾਂ, ਟੋਪੀ ਪਾਰਕ ਨੂੰ ਹੱਥ ਲਾਵਾਂ, ਪਰ ਹਿੰਮਤ ਨਹੀਂ ਪਈ। ਵਾਪਸੀ ਉੱਤੇ ਵੇਖਿਆ ਸ਼ਹਿਰੋਂ ਲਾਲ ਕੁੜਤੀ ਦੇ ਮਹਿਕਮਿਆਂ ਵਿੱਚ ਕੰਮ ਕਰਨ ਲਈ ਜਾਣ ਵਾਲੇ ਲੋਕਾਂ ਦੀਆਂ ਡਾਰਾਂ ਸੜਕਾਂ ਪਾਰ ਕਰ ਰਹੀਆਂ ਹਨ। ਮੋੜ ਉੱਤੇ ਇੱਕ ਦਿੱਲੀ ਯੂਪੀ ਵਾਲੇ ਪਾਸੇ ਦਾ ਫਕੀਰ ਬੇਪਨਾਹ ਰਸੀਲੀ ਅਤੇ ਚੁਸਤ ਉਰਦੂ ਵਿੱਚ ਅੱਲਾਹੁ ਨਬੀ ਦੇ ਵਾਸਤੇ ਪਾ ਕੇ ਬੜੀ ਕਾਮਯਾਬੀ ਨਾਲ ਭਾਵੁਕ ਪੰਜਾਬੀਆਂ ਦੇ ਖੀਸੇ ਚੜ ਰਿਹਾ ਸੀ। ਹੋਟਲ ਵਾਪਸ ਆ ਗਿਆ, ਹਾਲੀ 8 ਵੀ ਨਹੀਂ ਸਨ ਵਜੇ। ਹਾਤੇ ਵਿੱਚ ਇੱਕ ਥਾਂ ਰਾਜ ਮਨਜ਼ੂਰ ਮੁਰੰਮਤ ਦਾ ਕੰਮ ਕਰ ਰਹੇ ਸਨ। ਰਾਜਾਂ ਦਾ ਸੰਦ ਨਿੱਕਿਆਂ ਹੁੰਦਿਆਂ ਮੇਰੀ ਮਨਪਸੰਦ ਖੇਡ ਸਨ, ਪਰ ਹੁਣ ਮੈਨੂੰ ਉਹਨਾਂ ਦੇ ਨਾਂ ਭੁੱਲ ਚੁੱਕੇ ਸਨ। ਮੈਂ ਨੇੜੇ ਜਾ ਕੇ ਨਾਂ ਪੁੱਛੇ, ਦੇਸੀ ਕਾਂਡੀ ਮਿਸਤਰੀ ਅਦਬ ਨਾਲ ਖਲੋ ਕੇ ਮੈਨੂੰ ਸਾਹਿਬ ਸਾਹਿਬ ਬੁਲਾਉਣ ਲੱਗ ਪਿਆ। ਉਹਨੇ ਮਨ ਵਿੱਚ ਸੋਚਿਆ ਹੋਵੇਗਾ ਇਹਨਾਂ ਵੱਡਿਆਂ ਦੇ ਵੀ ਅਜੀਬ ਚੋਹਲ ਹੁੰਦੇ ਨੇ, ਭਲਾ ਇਹਨਾਂ ਔਜ਼ਾਰਾਂ ਦੇ ਨਾਂ ਪੁੱਛ ਕੇ ਇਹਨੇ ਕੀ ਲੈਣਾ। ਬੜਾ ਦਿਲ ਦੁਖਿਆ, ਉਸ ਮਿਸਤਰੀ ਦਾ ਦਰਜਾ ਮੇਰੀਆਂ ਅੱਖਾਂ ਵਿੱਚ ਬਾਦਸ਼ਾਹਾਂ ਵਰਗਾ ਸੀ, ਕਿਉਂਕਿ ਉਸ ਕੋਲ ਆਪਣਾ ਵਤਨ ਸੀ ਅਤੇ ਮੇਰਾ ਇੱਕ ਫਕੀਰ ਤੋਂ ਵੀ ਨੀਵਾਂ। ਸਾਹਿਬ ਸਾਹਿਬ ਕਹਿ ਕੇ ਜਿਵੇਂ ਉਹ ਮੇਰੇ ਜ਼ਖਮਾਂ ਉੱਤੇ ਲੂਣ ਛਿੜਕ ਰਿਹਾ ਸੀ। 4 ਕੁ ਵਰ੍ਹਿਆਂ ਦਾ ਸਾਂ ਜਦੋਂ ਸਾਡਾ ਸ਼ਾਸ਼ੀ ਮੱਲੇ ਵਾਲਾ ਘਰ ਬਣਿਆ। ਮਿਸਤਰੀ ਕਰੀਮ ਬਖਸ਼ ਨੇ ਬਣਾਇਆ ਸੀ ਅਤੇ ਅਸੀਂ ਉਹਨਾਂ ਨੂੰ ਹਮੇਸ਼ਾ ਚਾਚਾ ਜੀ ਸਾਦੇ ਸਾਂ। ਉਹਨਾਂ ਦਾ ਘਰ ਵੀ ਸਾਡੇ ਮੁਹੱਲੇ ਵਿੱਚ ਹੀ ਸੀ, ਸ਼ਾਹ ਦੀਆਂ ਟਾਹਲੀਆਂ ਵਾਲੀ ਗਲੀ ਵਿੱਚ। ਇੱਕ ਵਾਰੀ ਮੈਂ ਬਾਂਦਰਾਂ ਵਾਂਗ ਹੱਥਾਂ ਪੈਰਾਂ ਭਾਰ ਆਪਣੇ ਉੱਪਰ ਵਾਲੇ ਕੋਠੇ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ। ਚਾਚੇ ਦੀ 1.5 ਸਾਲ ਦੀ ਬੱਚੀ ਗੁਲਜ਼ਾਰ ਰਾਹ ਮਲ ਕੇ ਬੈਠੀ ਹੋਈ ਸੀ। ਅਚਾਨਕ ਮੈਨੂੰ ਉਸ ਉੱਪਰ ਇਤਨਾ ਪਿਆਰ ਆਇਆ ਕਿ ਮੈਂ ਉਸ ਦੀ ਲੱਤ ਉੱਪਰ ਜ਼ੋਰ ਦਾ ਚੱਕ ਵੱਢ ਮਾਰਿਆ। ਉਹਦੀਆਂ ਚੀਕਾਂ ਨਿਕਲ ਗਈਆਂ ਅਤੇ ਮੈਨੂੰ ਬੜੀ ਘੁੱਟ ਪਈ। ਮੈਨੂੰ ਅੱਜ ਤੀਕ ਸਮਝ ਨਹੀਂ ਆਇਆ ਕਿ ਮੈਂ ਕਿਉਂ ਖਾਮ ਖਾਂ ਉਹਨੂੰ ਚੱਕ ਵੱਢਿਆ। ਬੜੀ ਸ਼ਰਮ ਆਉਂਦੀ ਹੈ ਉਸ ਅਪਰਾਧ ਨੂੰ ਯਾਦ ਕਰਕੇ। ਉਹਦਾ ਭਰਾ ਗਜ਼ਨਫਰ ਅਲੀ, ਜਿਸ ਨੂੰ ਸਾਰਾ ਮੁਹੱਲਾ ਗਜ਼ਨਫਰ ਅਲੀ ਬੁਲਾਉਂਦਾ ਸੀ, ਮੇਰੇ ਹਾਣ ਦਾ ਸੀ। ਉਹ ਕਿੱਥੇ ਹੋਣਾ ਅੱਜ ਕੱਲ੍ਹ? ਕਮਰੇ ਵੱਲ ਵਾਪਸ ਆਉਂਦਿਆਂ ਵਾਰੇ ਸ਼ਾਹ ਦੀਆਂ ਕੁਝ ਸਤਰਾਂ ਚੇਤੇ ਆਈਆਂ। ਹੁਕਮ ਪਾਕ ਅੱਲਾ ਦਾ ਮੰਨ ਲਈਏ, ਵਾਰਦ ਹੋ ਜਾਵੇ ਤਕਦੀਰ ਜਿੱਥੇ, ਉੱਥੇ ਦਾਨਿਸ਼ਮੰਦ ਹੈਰਾਨ ਹੁੰਦੇ, ਪੇਸ਼ ਜਾਏ ਨਹੀਂ ਤਦਬੀਰ ਜਿੱਥੇ, ਹੁਕਮ ਮੰਨਿਆ ਨਵੀਆਂ ਔਲੀਆਂ ਨੇ, ਤਾਬਾ ਹੋਏ ਨੇ ਪੀਰ ਫਕੀਰ ਜਿੱਥੇ, ਘਰ ਇਹੋ ਹੈ ਮਿਹਰ ਦਾ ਜੋਗੀ ਆਵੇ, ਸੈਦੇ ਵਿਆਹ ਕੇ ਆਂਦਰੀ ਹੀਰ ਜਿੱਥੇ, ਰੋ ਰੋ ਕੇ ਅੱਜ ਤੂੰ ਕੱਢਣੀ ਹੈ ਨੱਕ ਨਾਲ ਹਦੀਸ ਲਕੀਰ ਜਿੱਥੇ, ਗਾਫਲ ਕੂੜ ਮਕਾਮ 'ਤੇ ਰੁੱਝੇ ਰਹੋ, ਇੱਕ ਦਮ ਦੀ ਨਹੀਂ ਖਲੀਰ ਜਿੱਥੇ। ਠੀਕ 9 ਵਜੇ ਖੁਰਸ਼ੀਦ ਟੈਕਸੀ ਲੈ ਕੇ ਘਰ ਆ ਗਿਆ। ਮੈਂ ਡਾਇਨਿੰਗ ਰੂਮ ਵਿੱਚੋਂ ਨਿਕਲ ਰਿਹਾ ਸਾਂ। ਉਸ ਹੱਥ ਜੋੜ ਕੇ ਅਜਿਹੇ ਡੂੰਘੇ ਅਦਬ ਨਾਲ ਨਮਸਤੇ ਕੀਤੀ ਕਿ ਮੇਰਾ ਹਾਸਾ ਨਿਕਲ ਗਿਆ। ਸੁਣਾ ਖੁਰਸ਼ੀਦ, ਕੀ ਹਾਲ ਚਾਲ ਹੈ? ਵਾਲਾ ਜੀ,
ਉਹ ਬੜੇ ਹਸੀਨ ਜਿਹੇ ਤਜ਼ਬ ਵਿੱਚ ਫਸਿਆ ਹੋਇਆ ਸੀ। ਇੱਕ ਪਾਸੇ ਉਹ ਟੈਕਸੀ ਡਰਾਈਵਰ, ਨਾਲੇ ਉਮਰ ਵਿੱਚ ਵੀ ਛੋਟਾ, ਦੂਜੇ ਪਾਸੇ ਮੈਂ ਉਹਦਾ ਮੁਹੱਲੇਦਾਰ, ਉਹਦੇ ਵੱਡੇ ਭਰਾ ਦਾ ਦੋਸਤ। ਸਾਫ ਦਿਸ ਰਿਹਾ ਸੀ ਕਿ ਇਹ ਅਦਬ ਅਦਾਬ ਉਸ ਕੋਲੋਂ ਜ਼ਿਆਦਾ ਚਿਰ ਨਹੀਂ ਨਿਭਣਾ। ਮੈਂ ਕਿਹਾ, ਉਹ ਸਾਹਿਬ ਨਹੀਂ ਆਏ ਹਾਲਾਂ, ਉਡੀਕ ਲਈਏ ਜ਼ਰਾ। ਹਾਂ ਉਡੀਕੋ ਨੇ ਨਾ, ਤੂੰ ਇਹ ਮੀਟਰ ਤੱਲੇ ਨਹੀਂ ਕੀਤਾ, ਇਹ ਗੱਲ ਨਹੀਂ ਠੀਕ, ਇਹਨੂੰ ਤੱਲੇ ਕਰ ਲੈ। ਹੋਣਾ ਨਹੀਂ ਨਾ ਜੀ, ਕੁਝ ਖਰਾਬੀ ਸੀ। ਮੈਂ ਕਰਦੇ ਹਾਂ, ਕਰੋਸ ਨਾ, ਹੋ ਜੋ ਵੰਜੇ ਤਾਂ ਬੜਾ ਹੀ ਮਾਦਰ। ਇਹ ਕਹਿੰਦਾ ਹੋਇਆ ਉਹ ਬਾਂਡ ਕੋਲੋਂ ਹਟ ਕੇ ਗੱਡੀ ਦੇ ਪਿੱਛੇ ਚਲਾ ਗਿਆ, ਜਿਵੇਂ ਗਾਲ ਮੂੰਹ ਵਿੱਚੋਂ ਕੱਢਣ ਉੱਤੇ ਸ਼ਰਮਿੰਦਾ ਹੋਵੇ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਪਿਆਰ ਨਾਲ ਮੈਂ ਉਹਦੇ ਮੋਢੇ ਉੱਤੇ ਹੱਥ ਧਰ ਕੇ ਆਖਿਆ, ਚੱਲ ਚਾਹ ਪੀਵੀਏ। ਅਤੇ ਮੈਂ ਉਹਨੂੰ ਆਪਣੇ ਕਮਰੇ ਵਿੱਚ ਲੈ ਗਿਆ। ਅੱਧੇ ਘੰਟੇ ਬਾਅਦ ਅਸੀਂ ਕਾਰ ਵਿੱਚ ਨਾਲੋਂ ਨਾਲ ਬਹਿ ਕੇ ਸਿਕਿਉਰਟੀ ਆਫਿਸ ਰਵਾਨਾ ਹੋ ਪਏ। ਤਕਲਫ ਦੀਆਂ ਸਾਰੀਆਂ ਹੱਦਾਂ ਟੁੱਟ ਚੁੱਕੀਆਂ ਸਨ। ਸਾਰਾ ਰਸਤਾ ਨਜ਼ਾਕ ਹੋ ਕੇ ਉਹ ਸੱਜਣ ਦਾ ਮਖੌਲ ਉਡਾਉਂਦਾ ਰਿਹਾ, ਜਿਹੜਾ ਵਾਅਦਾ ਕਰਨ ਦੇ ਬਾਵਜੂਦ ਵੀ ਨਹੀਂ ਸੀ ਆਇਆ। ਮਾਂ ਤਾਂ ਰਾਤੀ ਪਿਆ ਸਹੀ ਹੋਣਾ ਹੈ, ਉਸ ਬੰਦੇ ਦੇ ਪੁੱਤਰ ਨੇ ਜ਼ਬਾਨ ਕੁਝ ਹੋਰ ਆਖਣੀ ਹੈ ਅਤੇ ਦਿਲ ਪਿਆ ਕਿਸੇ ਹੋਰ ਪਾਸੇ ਝੱਖਾ ਮਾਰਨਾ। ਟੋਪੀ ਨਹੀਂ ਵੇਖੀ ਹੈ ਨੇ ਸਾਹਿਬ ਬਹਾਦਰੇ ਨੇ, ਕਿੰਜ ਕੰਨਾਂ ਉੱਤੇ ਛਿੱਕੀ ਹੋਈ ਹੀ ਸ, ਥੱਲੋਂ ਅੱਧਾ ਮੂੰਹ ਪਿਆ ਦਿਸਣਾ ਹੀ ਅੱਧਾ ਨਹੀਂ। ਅਸਾਂ ਪਤੇ ਨਾ ਜੀ ਸਾਰੀ ਗੱਲ ਨਾ, ਉਹ ਡਰਨਾ ਪਿਆ ਹੈ ਜੇ ਤੁਸਾਂ ਨਾਲ ਵੰਜੇ ਤਾਂ CID ਵਿੱਚ ਆਪਣਾ ਨੰਬਰ ਵੀ ਨੋਟ ਹੋ ਜਾਵਸ। ਰਾਤੀ ਵੀ ਪਤਲੂਨ ਪਈ ਤੱਲੇ ਢਹਿਣੀ ਹੀ ਸ, ਹਿਧਰੂੰ ਹੁਧਰੂੰ ਵੇਖ ਕੇ ਪਿਆ ਉੱਚੀ ਕਰਨਾ ਹੈ। ਚੱਲ ਯਾਰ ਕੋਈ ਗੱਲ ਨਹੀਂ, ਕੁਝ ਤਾਂ ਮਦਦ ਕੀਤੀ ਸੀ ਨਾ। ਉਸ ਦੀਆਂ ਗੱਲਾਂ ਦਾ ਅਜਿਹਾ ਸਵਾਦ ਆ ਰਿਹਾ ਸੀ ਜਿਵੇਂ ਉਹਨੂੰ ਮਿਲਣ ਦੇ ਮਕਸਦ ਨਾਲ ਮੈਂ ਪਾਕਿਸਤਾਨ ਆਇਆ ਹੋਵਾਂ। ਜੀਮ ਜੇਲ੍ਹ ਖਾਨਾ ਪਿੰਡੀ ਰੌਲ ਵਾਲਾ ਇੱਕ ਮਸ਼ਹੂਰ ਅਤੇ ਮੁਕੱਦਸ ਥਾਂ ਹੈ। ਆਜ਼ਾਦੀ ਦੇ ਅਣਗਿਣਤ ਨਾਮਵਰ ਅਤੇ ਗੁੰਮਨਾਮ ਪਰਵਾਨਿਆਂ ਨੇ ਇਸ ਦੀ ਚਾਰਦੁਆਰੀ ਵਿੱਚ ਤਸੀਹੇ ਚੱਲੇ ਹਨ, ਜੋ ਇਕੱਤਰ ਕਰਨਯੋਗ ਬੈਂਤਾਂ ਅਤੇ ਬੋਲੀਆਂ ਵਿੱਚ ਦਰਜ ਹਨ। ਇਹਦੇ ਫਾਟਕ ਵੱਲੋਂ ਅਦਾਲਤ ਦੀ ਪੇਛੀ ਲਈ ਹੱਥ ਘੜੀਆਂ ਜਕੜੇ ਅਤੇ ਸੰਗਲ ਪਰੂਤੇ ਮੁਲਜ਼ਮਾਂ ਦੀਆਂ ਦੋ ਮਸਾਵੀ ਕਤਾਰਾਂ ਤੁਰੀਆਂ ਆਉਂਦੀਆਂ ਸਨ। ਆਲੇ ਦੁਆਲੇ ਸਿਪਾਹੀਆਂ ਤੋਂ ਇਲਾਵਾ ਉਹਨਾਂ ਦੇ ਘਰ ਵਾਲੇ ਮਰਦਾਂ ਤੀਵੀਆਂ ਦੀ ਭੀੜ ਸੀ। ਪਿੰਡਾਂ ਦੇ ਲੋਕ ਸਨੇ, ਚਿੱਟੇ ਲੱਠੇ ਦੀਆਂ ਚਾਦਰਾਂ ਲੈਣ ਵਾਲੇ ਉੱਚੇ, ਲੰਮੇ ਅਤੇ ਹਸੀਨ। ਮੇਰਾ ਵੀਜ਼ਾ ਪਿੰਡਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਦਿੰਦਾ। ਕਿਸੇ ਮਿਕਦਾਰ ਵਿੱਚ ਅੱਖਾਂ ਦੀ ਭੁੱਖ ਲਾਉਣ ਲਈ ਮਿਸ ਜਲੂਸ ਨੂੰ ਉਡੀਕਣ ਲੱਗ ਪਿਆ। ਇੱਕ ਕਦਾਵਰ ਸਵਾਨੀ ਜੋ ਮੋਹਣ ਸਿੰਘ ਦੀ ਕਵਿਤਾ ਕੁੜੀ ਪੁੱਠਹਾਰ ਦੀ ਮੁਜੱਸਮ ਤਸਵੀਰ ਸੀ, ਸਬਰ ਸਿਦਕ ਦੀ ਮੂਰਤ, ਅੱਖਾਂ ਵਿੱਚੋਂ ਚੁੱਪ ਚਪੀਤੇ ਟੱਪ ਟੱਪ ਹੰਝੂ ਵਹਾਉਂਦੀ ਮੇਰੇ ਕੋਲੋਂ ਦੀ ਲੰਘ ਗਈ, ਜਿਵੇਂ ਆਖ ਗਈ ਹੋਵੇ, ਤੂੰ ਮੈਂਡੇ ਦੁੱਖ ਨਹੀਂ ਵੰਡੇ ਵੀਰਾ, ਪਰ ਕੋਈ ਗੱਲ ਨਹੀਂ, ਜੀਨਾ ਰਵੇ। ਇਹ ਸਿਕਿਉਰਟੀ ਆਫਿਸ ਦਾ ਅਤੇ ਜਿਨ੍ਹਾਂ ਵਿੱਚ ਹੁਣ ਤੱਕ ਪੇਸ਼ ਹੁੰਦਾ ਆਇਆ ਸਾਂ, ਜ਼ਮੀਨ ਅਸਮਾਨ ਦਾ ਫਰਕ ਸੀ। ਸੋਹਣਾ ਸਜਿਆ ਹੋਇਆ ਕਮਰਾ, ਆਹਮੋ ਸਾਹਮਣੇ ਡੱਠੀਆਂ ਹੋਈਆਂ ਆਰਾਮ ਕੁਰਸੀਆਂ ਦੀਆਂ ਕਤਾਰਾਂ, ਇੱਕ ਨੁੱਕਰੇ ਅਫਸਰ ਦੀ ਮੇਜ਼। ਇਸ ਉੱਪਰ ਫਾਈਲਾਂ ਦੇ ਦੱਥੇ ਨਹੀਂ ਸਨ, ਨਾ ਹੀ ਅਰਦਲੀਆਂ ਅਤੇ ਕਲਰਕਾਂ ਦੀ ਪਗਦੜ ਸੀ। ਦੋ ਯੂਰਪੀਅਨ ਇਸਤਰੀਆਂ ਨੂੰ ਖੁਸ਼ ਖੁਸ਼ ਰੁਖਸਤ ਕਰਕੇ ਅਫਸਰ ਨੇ ਮੇਰੇ ਵੱਲ ਧਿਆਨ ਕੀਤਾ। ਪਾਸਪੋਰਟ ਵੇਖ ਕੇ ਬੜੀ ਨਿਰਮਾਣਤਾ ਨਾਲ ਮੈਥੋਂ ਇਜਾਜ਼ਤ ਮੰਗ ਕੇ 5 ਮਿੰਟਾਂ ਲਈ ਕਮਰੇ ਵਿੱਚੋਂ ਬਾਹਰ ਚਲੇ ਗਏ। ਜ਼ਰੂਰ ਮੇਰੀ ਫਾਈਲ ਮੰਗਵਾ ਕੇ ਪੜ੍ਹੀ ਹੋਵੇਗੀ। ਕਾਰਵਾਈ ਤਾਂ ਹਰ ਥਾਂ ਇਹੋ ਜਿਹੀ ਹੁੰਦੀ ਹੈ, ਜਾਂ ਕਹਿ ਲਓ ਵੀ ਇੱਕੋ ਜਿਹੀ ਹੁੰਦੀ ਹੈ, ਪਰ ਅਫਸਰਾਂ ਦਾ ਸਲੂਕ ਸ਼ਹਿਰਾਂ ਦੀ ਆਪਣੀ ਵੱਡੀ ਜਾਂ ਛੋਟੀ ਹੈਸੀਅਤ ਅਨੁਸਾਰ ਬਦਲਦਾ ਰਹਿੰਦਾ ਹੈ। ਵਾਪਸ ਆ ਕੇ ਉਹਨਾਂ ਜ਼ਰੂਰੀ ਇੰਦਰਾਜ਼ ਕਰਨ ਤੋਂ ਬਾਅਦ ਪਾਸਪੋਰਟ ਮੈਨੂੰ ਮੋੜ ਦਿੱਤਾ। ਫਿਰ ਕੁਰਸੀ ਤੋਂ ਉੱਠ ਖਲੋਤੇ ਅਤੇ ਮੇਰੇ ਨਾਲ ਹੱਥ ਮਿਲਾ ਕੇ ਕਹਿਣ ਲੱਗੇ,
ਮੈਨੂੰ ਉਮੀਦ ਹੈ ਕਿ ਤੁਹਾਡਾ ਇੱਥੇ ਦਾ ਕਿਆਮ ਬੜਾ ਚੰਗਾ ਰਹੇਗਾ। ਕੀ ਪੁਲਿਸ ਸਟੇਸ਼ਨ ਨਹੀਂ ਜਾਣਾ ਪਵੇਗਾ? ਮੈਂ ਹੈਰਾਨ ਹੋ ਕੇ ਪੁੱਛਿਆ। ਕਿਉਂ, ਉਹ ਕਿਸ ਵਾਸਤੇ? ਹੁਣ ਤੱਕ ਤਾਂ ਮੈਨੂੰ ਹਮੇਸ਼ਾ ਦੋ ਥਾਵਾਂ 'ਤੇ ਜਾਣਾ ਪਿਆ ਹੈ। ਅੱਛਾ, ਇਹ ਤਾਂ ਖਾਮ ਖਾ ਦੀ ਤਕਲੀਫ ਹੈ। ਨਹੀਂ, ਹੋਰ ਕਿਧਰੇ ਜਾਣ ਦੀ ਲੋੜ ਨਹੀਂ। ਹਾਂ, ਵਾਪਸੀ ਵੇਲੇ ਫਿਰ ਇੱਕ ਵਾਰੀ ਇੱਥੇ ਆਉਣ ਦੀ ਜ਼ਹਿਮਤ ਉਠਾਉਣੀ ਪਵੇਗੀ ਤੁਹਾਨੂੰ। ਪਰ ਮੈਂ ਕੋਮਰੀ ਵੀ ਜਾਣਾ ਹੈ, ਮੇਰਾ ਵੀਜ਼ਾ ਹੈ ਉੱਥੋਂ ਦਾ। ਤੁਸੀਂ ਬੜੀ ਖੁਸ਼ੀ ਨਾਲ ਕੋਮਰੀ ਜਾਓ, ਪਰ ਜਾਣ ਤੋਂ ਪਹਿਲਾਂ ਇੱਥੇ ਆਉਣ ਦੀ ਕੋਈ ਲੋੜ ਨਹੀਂ। ਉੱਥੇ ਪਹੁੰਚ ਕੇ ਜੇ ਉੱਥੇ ਰਾਤ ਰਹਿਣਾ ਹੈ ਤਾਂ ਪੁਲਿਸ ਸਟੇਸ਼ਨ ਰਿਪੋਰਟ ਕਰਨੀ ਪਵੇਗੀ, ਵਰਨਾ ਕੋਈ ਲੋੜ ਨਹੀਂ। ਇੱਥੇ ਰਾਵਲਪਿੰਡੀ ਵਿੱਚ ਕੋਈ ਬੰਦਿਸ਼ ਨਹੀਂ। ਮੈਂ ਟੋਪੀ ਪਾਰਕ ਜਾ ਸਕਣਾ ਬੜੀ ਖੁਸ਼ੀ ਨਾਲ। ਸੁਹਾ, ਉਹ ਜ਼ਰਾ ਦਰੇਡੇ ਹੈ, ਉਹਨੇ ਹੱਸ ਕੇ ਕਿਹਾ। ਪਿੰਡੀ ਆ ਕੇ ਮੈਂ ਸੁਹਾ ਨਾ ਵੇਖਾਂ, ਉਹਨਾਂ ਦੇ ਚੰਗੇ ਸਲੂਕ ਨੇ ਮੇਰੇ ਅੰਦਰ ਦਲੇਰੀ ਲੈ ਆਉਂਦੀ ਸੀ। ਚੰਗਾ, ਵੇਖਾ ਉਹ ਸੁਹਾ ਵੀ, ਪਰ ਪੁਲ ਤੋਂ ਪਾਰ ਨਾ ਜਾਣਾ। ਥੈਂਕ ਯੂ ਵੈਰੀ ਮੱਚ। ਮੈਂ ਕ੍ਰਿਤਗਤਾ ਦੇ ਵੇਸ਼ ਵਿੱਚ ਫਿਰ ਉਹਨਾਂ ਨਾਲ ਹੱਥ ਮਿਲਾਇਆ ਅਤੇ ਬਾਹਰ ਆ ਗਿਆ। ਹੌਲਾ ਫੁੱਲ ਜਿਵੇਂ ਹਵਾ ਵਿੱਚ ਉੱਡਦਾ ਕਚਹਿਰੀਆਂ ਵਿੱਚੋਂ ਦੀ ਲੰਘ ਕੇ ਮੈਂ ਟੈਕਸੀ ਸਟੈਂਡ ਉੱਤੇ ਪੁੱਜ ਗਿਆ, ਜੋ ਕਿਸੇ ਜ਼ਮਾਨੇ ਪੂਰਨ ਰੂਪ ਟਾਂਗਾ ਸਟੈਂਡ ਹੁੰਦਾ ਸੀ। ਖੁਰਸ਼ੀਦ ਮੈਨੂੰ ਉਡੀਕ ਰਿਹਾ ਸੀ। ਮੈਂ ਉਹਨੂੰ ਕਿਹਾ, ਖੁਰਸ਼ੀਦ ਲੱਗਦੇ ਹੱਥ ਟੋਪੀ ਰੱਖ ਅਤੇ ਸਹੁੰਆਂ ਦਾ ਚੱਕਰ ਲਾਏਗੇ, ਫਿਰ ਸ਼ਹਿਰ ਚੱਲਾਂਗੇ। ਵੱਲ ਆਖਿਆ ਨਹੀਂ, ਟੋਪੀ ਰੱਖ ਦਾ ਨਾਂ ਹੁਣ ਅਯੂਬ ਪਾਰਕ ਹੈ। ਕਮਲ ਫੁੱਲਾਂ ਵਾਲੀ ਝੀਲ ਦੇ ਉੱਪਰ ਵਾਰ ਪਵੇਲੀਅਨ ਅਤੇ ਰੈਸਟੋਰੋ ਬਣ ਗਿਆ ਹੈ। ਉੱਥੇ ਬਹਿ ਕੇ ਅਸਾਂ ਚਾਹ ਪੀਤੀ। ਖੁਰਸ਼ੀਦ ਜਾਣ ਗਿਆ ਸੀ ਕਿ ਮੈਂ ਉਹਦੀਆਂ ਗੱਲਾਂ ਬੜੇ ਚਾਅ ਨਾਲ ਸੁਣਦਾ ਸਾਂ। ਹਰ ਚੀਜ਼ ਨੂੰ ਵਿਨੋਦੀ ਢੰਗ ਨਾਲ ਵੇਖਣਾ ਪੰਜਾਬੀ ਸੁਭਾਅ ਦੀ ਵਿਸ਼ੇਸ਼ਤਾ ਅਤੇ ਪਿੰਡੀ ਵਾਲਿਆਂ ਦੇ ਸੁਭਾਅ ਦੀ ਵਿਸ਼ੇਸ਼ ਵਿਸ਼ੇਸ਼ਤਾ ਹੈ। ਮਸਲਨ, ਪਾਰਕ ਵਿੱਚ ਇੱਕ ਟੈਡੀ ਬੁਆਏ ਨੂੰ ਸੌੜੀ ਪਤਲੂਨ ਪਾਈ ਘੁੰਮਦਿਆਂ ਵੇਖ ਕੇ ਖੁਰਸ਼ੀਦ ਬੋਲਿਆ, ਲਓ ਹੇ ਵੇਖੋ, ਸਰੰਗੀ ਉੱਤੇ ਗੁਲਾਬ ਚੜ੍ਹਿਆ ਹੋਇਆ ਨੇ। ਇਹ ਵੜ ਤਾਂ ਗਿਆ ਇਸ ਪਿਓ ਵਾਲੀ ਪਤਲੂਨ ਵਿੱਚ, ਪਰ ਨਿਕਲ ਸੀ ਕਿਸ ਤਰ੍ਹਾਂ? ਚੁਰਾਹਿਆਂ ਉੱਤੇ ਟ੍ਰੈਫਿਕ ਪੁਲਿਸ ਮੈਨਾਂ ਨੂੰ ਚਿੱਟੀ ਸੋਲਾ ਟੋਪੀ, ਚਿੱਟੇ ਬੂਟ, ਵਰਦੀ ਅਤੇ ਦਸਤਾਨੇ ਪਾਈ ਖਲੋਤਾ ਵੇਖ ਕੇ ਉਹਨੇ ਕਿਹਾ, ਹੇ ਵੇਖੋ ਚੂਨੇ 'ਚ ਕਾਂ ਫਸਿਆ ਹੋਇਆ ਨੇ। ਨਵੀਆਂ ਵਰਦੀਆਂ ਬਣਾਈਆਂ ਨੇ ਇਹਨਾਂ ਦੀਆਂ, ਟੋਪੀਆਂ ਗਲਤੀਆਂ ਨਾਲ ਸਾਰੀਆਂ ਹਿੱਕਾਂ ਸਾਈਜ਼ਾਂ ਨਹੀਂ ਨਿਕਲ ਆਈਆਂ ਨੇ। ਕਿਸੇ ਆ ਪੂਰੀ ਆਨੀ ਏ, ਕਿਸੇ ਆ ਪੂਰੀ ਨਹੀਂ ਆਨੀ ਏ। ਇਹ ਵੇਖੋ ਨਾ, ਇਸਾਂ ਨੇ ਵੇਖਿਆ ਨਹੀਂ। ਅਤੇ ਹੁਣ ਉਹ ਪਾਕਿਸਤਾਨੀ ਫਿਲਮਾਂ ਨੂੰ ਲੈ ਬੈਠਾ ਸੀ। ਲਾਹੌਰ ਕਿਸੇ ਸਟੂਡੀਓ ਜਾ ਕੇ ਇੱਕ ਵਾਰੀ ਸ਼ੂਟਿੰਗ ਵੇਖ ਆਇਆ ਸੀ। ਉਹ ਸਾਰਾ ਨਜ਼ਾਰਾ ਉਸ ਵੇਰਵੇ ਨਾਲ ਬਿਆਨ ਕੀਤਾ ਅਤੇ ਮੈਨੂੰ ਹਸਾ ਮਾਰਿਆ। ਆਖੇ, ਐਵੇਂ ਹੈਰਾਮਣੀਆਂ ਖਾ ਖਾ ਕੇ ਢਿੱਡ ਮੋਟੇ ਕੀਤੇ ਹੋਏ ਨੇ, ਫਿਲਮ ਬਣਾਉਣੀ ਇਹਨਾਂ 'ਚੋਂ ਕਿਸੇ ਆਉਣੀ ਨਹੀਂ। ਫਿਲਮ ਨਾ ਕੰਮ ਹੈ ਨੋ ਝੂਠ ਆ, ਸੱਚ ਕਰਕੇ ਵਿਖਾਉਣਾ। ਇਹ ਸੱਚ ਵੀ ਆ, ਝੂਠ ਕਰਕੇ ਵਿਖਾਣੇ। ਫਿਰ ਉਤਰਾਈਆਂ ਲੈ ਕੇ ਅਸੀਂ ਸੂਹਾਂ ਦੇ ਕੰਢੇ ਜਾ ਬੈਠੇ। ਦਰਿਆ ਨੂੰ ਵੇਖ ਕੇ ਅਸਾਂ ਦੋਹਾਂ ਉੱਪਰ ਸਖਤਾ ਜਿਹਾ ਛਾ ਗਿਆ। ਮੈਨੂੰ ਪੁਰਾਣੇ ਵੇਲੇ ਯਾਦ ਆਏ, ਉਦੋਂ ਸ਼ਾਸ਼ੀ ਮਹੱਲੇ ਕੇਵਲ ਸਾਡਾ ਘਰ ਅਤੇ ਉਹਦੇ ਸਾਹਮਣੇ ਸ਼ਾਸ਼ੀਆਂ ਦੀ ਵੱਡੀ ਸਾਰੀ ਹਵੇਲੀ ਹੀ ਦੋ ਪੱਕੀਆਂ ਇਮਾਰਤਾਂ ਸਨ। ਬਾਕੀ ਹਰ ਪਾਸੇ ਕੱਚੇ ਕੱਚੇ ਕੋਠੇ ਸਨ, ਜਿਵੇਂ ਪਿੰਡਾਂ ਦੇ ਹੁੰਦੇ ਹਨ। ਉਦੋਂ ਪਿੰਡੀਓ ਕਸ਼ਮੀਰ ਮਾਲ ਦੀ ਢਵਾਈ ਕਰਾਂਚੀਆਂ ਬੈਲ ਗੱਡੀਆਂ ਰਾਹੀਂ ਹੁੰਦੀ ਸੀ। ਇਹੋ ਸ਼ਾਸ਼ੀਆਂ ਦਾ ਪੇਛਾ ਸੀ। ਕਰਾਂਚੀਆਂ ਦੇ ਲੰਮੇ ਲੰਮੇ ਕਾਫਲੇ ਟੁਰਦੇ ਸਾਡੇ ਮੁਹੱਲੇ ਘਰ ਘਰ ਬਲਦਾਂ ਦੀਆਂ ਟੱਲੀਆਂ ਸੁਣਾਈ ਦਿੰਦੀਆਂ ਸਨ। ਦਾਦਾਂ ਬਲਦਾਂ ਨੂੰ ਇਹ ਸ਼ਾਸ਼ੀ ਮੁਸਲਮਾਨ ਆਪਣੇ ਘਰਾਂ ਦੇ ਜੀਆਂ ਵਾਂਗ ਪਿਆਰਦੇ। ਕੋਈ ਬਲਦ ਮਰ ਜਾਂਦਾ, ਔਰਤਾਂ ਚੀਕਾਂ ਮਾਰ ਮਾਰ ਕੇ ਰੋਂਦੀਆਂ ਅਤੇ ਪਿੱਟਦੀਆਂ। ਖੁਰਸ਼ੀਦ ਅਤੇ ਉਹਦਾ ਵੱਡਾ ਭਰਾ ਗਣੀ ਵੀ ਸ਼ਾਸ਼ੀਆਂ ਦੀ ਸੰਤਾਨ ਸੀ। ਪਹਿਲੀ ਵੱਡੀ ਲਾਮ ਤੋਂ ਬਾਅਦ
ਸ਼ਾਸ਼ੀਆਂ ਦੇ ਕੱਚੇ ਕੋਠੇ ਢਹਿਣੇ ਅਤੇ ਉਹਨਾਂ ਦੀ ਥਾਂ ਪੱਕੇ ਮਕਾਨ ਬਣਨੇ ਸ਼ੁਰੂ ਹੋ ਗਏ। ਪਹਿਲਾਂ ਮਹੱਲੇ ਵਿੱਚ ਮਸਾਂ ਇੱਕ ਦੋ ਘਰ ਹਿੰਦੂਆਂ ਦੇ ਸਨ, ਹੁਣ ਕਾਫੀ ਸਾਰੇ ਹਿੰਦੂ ਆ ਗਏ। ਫਿਰ ਲਾਰੀਆਂ ਦੇ ਆਉਣ ਨਾਲ ਕਰਾਚੀਆਂ ਦਾ ਕਾਰੋਬਾਰ ਖਤਮ ਹੋ ਗਿਆ ਅਤੇ ਸ਼ਾਸ਼ੀ ਹੌਲੇ ਹੌਲੇ ਸਾਰੇ ਮਹੱਲੇ ਵਿੱਚੋਂ ਲੁਪਤ ਹੁੰਦੇ ਗਏ। ਗਨੀ ਦਾ ਬਾਪ ਮੋਟਰ ਚਲਾਉਣ ਲੱਗ ਪਿਆ ਸੀ, ਬੜਾ ਚੰਗਾ ਡਰਾਈਵਰ ਮੰਨਿਆ ਜਾਂਦਾ ਸੀ। ਖੌਰੇ ਮੋਟਰ ਉਸੇ ਦੀ ਆਪਣੀ ਸੀ ਜਾਂ ਨੌਕਰੀ ਕਰਦਾ ਸੀ ਮੈਨੂੰ ਨਹੀਂ ਪਤਾ। ਉਸ ਦਾ ਪਰਿਵਾਰ ਸਾਡੇ ਘਰ ਦੇ ਸਾਹਮਣੇ ਵਾਲੀ ਵੱਡੀ ਹਵੇਲੀ ਵਿੱਚ ਰਹਿੰਦਾ ਸੀ, ਅਨੇਕਾਂ ਹੋਰ ਪਰਿਵਾਰ ਰਹਿੰਦੇ ਸਨ। ਕਰਾਂਚੀਆਂ ਛੱਡ ਕੇ ਬਹੁਤਿਆਂ ਨੇ ਟਾਂਗੇ ਵਾਹੁਣੇ ਸ਼ੁਰੂ ਕਰ ਦਿੱਤੇ। ਗਨੀ ਚਾਰ ਪੰਜ ਜਮਾਤਾਂ ਮੇਰੇ ਨਾਲ ਆਰੀਆ ਸਕੂਲ ਵਿੱਚ ਪੜ੍ਹਿਆ, ਫਿਰ ਮਰੀ ਰੋਡ ਉੱਤੇ ਜਦੋਂ ਇਸਲਾਮੀਆ ਸਕੂਲ ਖੁੱਲ੍ਹਿਆ ਤਾਂ ਉੱਥੇ ਪੈ ਗਿਆ। ਪੜ੍ਹਨ ਲਿਖਣ ਦਾ ਉਹਨੂੰ ਕੋਈ ਸ਼ੌਕ ਨਹੀਂ ਸੀ। ਫਿਰ ਬਾਪ ਨੇ ਉਹਨੂੰ ਚੱਕ ਲਾ ਲਏ ਐੱਮ ਟੀ ਦੀ ਵਰਕਸ਼ਾਪ ਵਿੱਚ ਭਰਤੀ ਕਰਾ ਦਿੱਤਾ ਸੀ। ਉਸ ਤੋਂ ਬਾਅਦ ਅਸੀਂ ਬਹੁਤਾ ਨਹੀਂ ਮਿਲੇ। ਇਹ ਖੁਰਸ਼ੀਦ ਗਣਿਤ ਤੋਂ 8-10 ਵਰ੍ਹੇ ਛੋਟਾ ਮੇਰੇ ਭਨੇਵੇ ਅਸ਼ੋਕ ਨਾਲ ਖੇਡਣ ਵਾਸਤੇ ਸਾਡੇ ਘਰ ਆਉਣ ਜਾਣ ਲੱਗ ਪਿਆ ਸੀ। ਮੈਂ ਲਾਹੌਰ ਚਲਾ ਗਿਆ, ਉੱਥੋਂ ਸ਼ਾਂਤੀ ਨਿਕੇਤਨ, ਉੱਥੋਂ ਸੇਵਾਗ੍ਰਾਮ। ਜਦੋਂ ਵੀ ਮੈਂ ਪਿੰਡੀ ਫੇਰਾ ਪਾਉਂਦਾ ਗਣੀ ਮੈਨੂੰ ਬੜੇ ਪਿਆਰ ਨਾਲ ਮਿਲਣ ਆਉਂਦਾ ਸੀ। ਇਸ ਨਿਕੜੇ ਖੁਰਸ਼ੀਦ ਨੂੰ ਤਾਂ ਮੇਰੇ ਉੱਪਰ ਅੰਤਾਂ ਦਾ ਮਾਣ ਸੀ, ਭਾਵੇਂ ਮੈਂ ਉਹਨੂੰ ਬਹੁਤਾ ਨਹੀਂ ਸੀ ਗੋਲਦਾ। BBC ਦੀ ਨੌਕਰੀ 'ਤੇ ਮੇਰੇ ਵਿਲਾਇਤ ਜਾਣ ਪਿੱਛੋਂ ਗਣੀ ਗੁਜ਼ਰ ਗਿਆ ਸੀ। ਵਿਲਾਇਤੋਂ ਆ ਕੇ ਮੈਂ ਬੰਬਈ ਵੱਸ ਗਿਆ ਅਤੇ ਪਿੰਡੀ ਦੀ ਕਿਤਾਬ ਠੱਪੀ ਗਈ। ਹੇ ਵੇਖੋ, ਅਚਾਨਕ ਖੁਰਸ਼ੀਦ ਦੀ ਆਵਾਜ਼ ਸੁਣ ਕੇ ਮੈਂ ਚੌਂਕ ਪਿਆ। ਆ ਗਏ ਨੇ। ਉਸ ਦਾ ਇਸ਼ਾਰਾ ਦੂਰ ਇੱਕ ਟਿੱਲੇ ਉੱਤੇ ਖੜ੍ਹੇ ਦੋ CID ਦੇ ਆਦਮੀਆਂ ਵੱਲ ਸੀ, ਜੋ ਮੋਟਰਸਾਈਕਲ ਉੱਤੇ ਬੈਠ ਕੇ ਕਬਾਬ ਵਿੱਚ ਹੱਡੀ ਵਾਲਾ ਰੋਲ ਅਦਾ ਕਰਨ ਲਈ ਸਾਡੇ ਪਿੱਛੇ ਆ ਗਏ ਸਨ।